ਦੋਸਤੋ ਕੀ ਹਾਲ ਚਾਲ ਨੇ ਜਨਾਬ ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਹੈ ਕਿ ਅੱਛੀ ਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਹਮੇਸ਼ਾ ਹੀ ਤਰ੍ਹਾਂ ਤੁਹਾਨੂੰ ਮਿਲਦਾ ਰਹੇ ਤੁਸੀਂ ਵੇਖਦੇ ਰਹੋ ਅਸੀਂ ਤੁਹਾਡੇ ਵਾਸਤੇ ਨੀਲੀ ਦੇ ਦੋ ਬ੍ਰਾਂਡ ਅੱਜ ਲੈ ਕੇ ਹਾਜ਼ਰ ਹੋਏ ਹਾਂ ਵੀਡੀਓ ਅਗਰ ਅੱਛੀ ਲੱਗਿਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ ਹੈ ਔਰ ਸਾਡੀ ਹੌਸਲਾ ਅਫਜ਼ਾਈ ਵਾਸਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਹੈ ਕਿਉਂਕਿ ਅਸੀਂ ਤੁਹਾਡੇ ਵਾਸਤੇ ਡੇਲੀ ਬੇਸ ਤੇ ਨੀਲੀ ਦੇ ਜਾਨਵਰ ਲੈ ਕੇ ਹਾਜ਼ਰ ਹੁੰਦੇ ਹਾਂ ਔਰ ਤੁਹਾਡੇ ਵਾਸਤੇ ਕਮ ਅਜ਼ ਕਮ ਡੇਲੀ 150-200 ਕਿਲੋਮੀਟਰ ਪੰਧ ਕਰਕੇ ਯਾਰਾਂ ਦਾ ਸ਼ੌਕ ਕਰਾਉਂਦੇ ਹਾਂ ਬਾਕੀ ਲੈਣੇ ਦੇਣੇ ਹਮੇਸ਼ਾ ਹੀ ਤਰ੍ਹਾਂ ਮੁਕੱਦਰ ਹੁੰਦੇ ਨੇ ਪਹਿਲੇ ਨੰਬਰ ਵਾਲੀ ਮੱਝ 'ਤੇ ਚੱਲਦੇ ਹਾਂ ਜੀ ਮੱਝ ਸੂਈ ਹੋਈ ਹੈ ਮੱਝ ਨੂੰ ਬਾਡੀ ਛੱਡੀ ਚੰਗੀ ਤਕੜੀ ਹੈ ਕਤਰੀ ਕਤਰੀ ਮੈਂ ਉਹਨੂੰ ਸਿਹਰੇ ਅੱਖਾਂ ਕਾਲੀਆਂ ਨੇ ਆਨੇ ਉੱਤੇ ਰੱਖੇ ਹੋਏ ਨੇ ਮੈਂ ਦੀ ਬੁੱਥੀ ਕਿੱਡੀ ਬਰੀਕ ਹੈ ਆਪ ਚੈੱਕ ਕਰਨਾ ਹੈ ਬਾਕੀ ਮੈਂ ਉਹਨੂੰ ਸਿਰੀ ਕੱਢੀ ਕੇ ਉਹ ਵੀ ਆਪ ਤਸੱਲੀ ਕਰਨੀ ਹੈ ਮੈਨੂੰ ਕੋਈ ਨਿਸ਼ਾਨ ਨਹੀਂ ਕਿਸੇ ਪਾਸੋਂ ਅੱਲਾ ਦੇ ਫਜ਼ਲ ਨਾਲ ਖਾਸ ਨੀਲੀ ਬਾਰ ਦੀ ਇਹ ਜਨਾਬ ਝੋਟੀ ਦੂਜਾ ਸੂਆ ਤੀਸਰਾ ਸੂਆ ਸੂਈ ਹੋਵੇ ਪਹਿਲਾ ਸੂਈ ਹੋਵੇ ਇਹ ਮਾਲਕ ਨੂੰ ਤਸੱਲੀਆਂ ਦੇਣੀਆਂ ਨੇ ਆਪਾਂ ਤੁਹਾਨੂੰ ਨੀਲੀ ਬਾਰ ਦਿਖਾਉਣੀ ਹੈ ਕੋਲ ਹੋ ਜਾਏ ਕੋਲ ਹੋ ਜਾਏ ਨੀਲੀ ਬਾਰ ਦਿਖਾਉਣੀ ਹੈ ਔਰ ਉਹ ਚੀਜ਼ ਦਿਖਾਉਣੀ ਹੈ ਜਿਹੜੀ ਅੱਲਾ ਦੇ ਫਜ਼ਲ ਨਾਲ ਮੇਲੇ ਲਾਈ ਫਿਰਦੀ ਹੋਵੇ ਸਾਰ ਦੇ ਡੋਡੇ ਚੱਕੀ ਫਿਰਦੀ ਹੋਵੇ ਸੋਹਣਾ ਰੁਗ ਰੁਗ ਦਾ ਥਣ ਕੀਤੀ ਫਿਰਦੀ ਹੋਵੇ ਕੱਚ ਦੀ ਬਣੀ ਹੋਵੇ ਬਨਾਵਟੀ ਚੀਜ਼ਾਂ ਨਾ ਲਾਈਆਂ ਹੋਣ ਝੋਟੀ ਦੀ ਨਸਲ ਜ਼ਾਤ ਚੈੱਕ ਕਰ ਲੈਣੀ ਹੈ ਖੁੱਡਾ ਪੁੱਠਾ ਔਰ ਮੈਂ ਫਿੱਟ ਫਿੱਟ ਜੈਨੂਇਨ ਤੌਰ 'ਤੇ ਬਾਹਰ ਨਿਕਲੀਏ ਗੱਲਾਂ ਨਾਲ ਨਹੀਂ ਖਾਸ ਨੀਲੀ ਬਾਰ ਦੀ 3 ਫੁੱਟ ਚੌੜੀ ਖੁੱਡਾ ਫੁੱਟ ਦਾ ਮੈਨੂੰ ਕਵਾਂ ਤੁੰਨੀ ਸਿੰਘੀ ਅੱਖ ਇੱਕੋ ਰੰਗ ਦੀ ਇਹ ਨੀਲੀ ਦੀ ਨਾਰ ਸ਼ਹਿਜ਼ਾਦੀ ਨੀਲੀ ਬਾਰ ਦੀ ਅੱਲਾ ਦੇ ਫਜ਼ਲ ਨਾਲ ਲੈਣੇ ਦੇਣੇ ਮੁਕੱਦਰ ਹੁੰਦੇ ਨੇ ਆਪਣਾ ਦੇਸ਼ ਪੰਜਾਬ ਟੀਵੀ ਨੀਲੀ ਬਾਰ ਦੇ ਬ੍ਰਾਂਡ ਦਿਖਾਉਂਦਾ ਹੈ ਕੁਛ ਨਹੀਂ ਵਿਖਾਉਂਦਾ ਬਾਕੀ ਤੁਹਾਡੇ ਸਾਹਮਣੇ ਨੇ ਕੱਚ ਦੀਆਂ ਹੱਡੀਆਂ ਔਰ ਨਾਯਾਬ ਚੀਜ਼ਾਂ ਨੀਲੀ ਬਾਰ ਦੀਆਂ ਆਪਣਾ ਦੇਸ਼ ਪੰਜਾਬ ਟੀਵੀ ਤੁਹਾਨੂੰ ਹਮੇਸ਼ਾ ਦਿਖਾਉਂਦਾ ਰਹਿੰਦਾ ਹੈ ਕਿਉਂਕਿ ਅਸੀਂ ਨੀਲੀ ਦਿਖਾਉਣੀ ਹੈ ਇਸ ਤੋਂ ਹਟ ਕੇ ਕੁਛ ਨਹੀਂ ਵਿਖਾਉਣਾ ਮਾਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਨੀਲੀ ਫਿੱਟ ਫਿੱਟ ਬਾਰ ਗਿੱਠ ਗਿੱਠ ਬਾਰ ਬਾਕੀ ਪਿੱਛੇ ਦੇ ਜਨਾਬ ਕੱਟੀ ਕਿ ਕੱਟਾ ਇਹ ਜਨਾਬ ਆਪਾਂ ਤਸੱਲੀ ਮਾਲਕ ਤੋਂ ਕਰਨੀ ਹੈ ਕਿੰਨੇ ਦਿਨਾਂ ਦੀ ਸੂਈ ਹੈ ਕੀ ਹਿਸਾਬ ਕਿਤਾਬ ਹੈ ਲੈਣੇ ਦੇਣੇ ਹਮੇਸ਼ਾ ਦੀ ਤਰ੍ਹਾਂ ਮੁਕੱਦਰ ਪਿੱਛੋਂ ਉੱਚੀਆਂ ਅੱਗੋਂ ਨੀਵੀਆਂ ਨੀਲੀ ਦੀਆਂ ਸ਼ਹਿਜ਼ਾਦੀਆਂ ਔਰ ਫਿੱਟ ਫਿੱਟ ਕੱਢੇ ਹਵਾਨੇ ਇਹਨਾਂ ਨੇ ਬਾਹਰ ਔਰ ਪਲਵਾਣਾ ਰੰਗੇ ਸੋਹਣੇ ਸੁਥਰੇ ਪੈਰ ਇਸ ਝੋਟੀ ਦੇ ਆਪਣਾ ਦੇਸ਼ ਪੰਜਾਬ ਟੀਵੀ ਨੀਲੀ ਦੇ ਬ੍ਰਾਂਡ ਵਿਖਾਉਂਦਾ ਗੱਲਾਂ ਨਾਲ ਨਹੀਂ ਸ਼ੌਕ ਕਰਾਉਂਦਾ ਮੁਹੱਬਤਾਂ ਨਾਲ ਪਿੱਛੋਂ ਚੌੜੀਆਂ ਕਹਿੰਦੇ ਹੁੰਦੇ ਨੇ ਕਿ ਜਨਾਬ ਲਹਿੰਦੇ ਚੜ੍ਹਦੇ ਪੰਜਾਬ 'ਚ ਅਗਰ ਪਾਣੀ ਮਗਰੋਂ ਸੱਟੀਏ ਅੱਗ ਧੌਣ ਤੋਂ ਲੈ ਜਾਂਦਾ ਉਹ ਇਹਨਾਂ ਦੇ ਲਹਿੰਦਾ ਕਿਸੇ ਦੇ ਨਹੀਂ ਲਹਿੰਦਾ ਇਹ ਪਹਿਲੇ ਨੰਬਰ 'ਤੇ ਜਨਾਬ ਮਾਝੇ ਸਾਡੇ ਕੋਲ ਮੈਂ ਨੰਬਰ 2 'ਤੇ ਜਾਵਾਂਗੇ ਤਸੱਲੀ ਤੁਹਾਡੀ ਕਰਾਵਾਂਗੇ ਲੈਣੇ ਦੇਣੇ ਵਿਕਣੇ ਨਸੀਬ ਨੇ ਸੌਦੇ ਨੀਲੀ ਦੇ ਇਨਸ਼ਾਅੱਲਾ ਤੁਹਾਡਾ ਵੀਰ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੁੰਦਾ ਪਿੱਛੇ ਕੱਟਿਆ ਜੀ 3-4 ਦਿਨ ਦੀ ਸੂਈ ਹੈ ਸਜਰੀ ਬੋਲੇ ਵਿੱਚ ਇਹ ਜਨਾਬ ਝੋਟੀ ਆਪਣਾ ਦੇਸ਼ ਪੰਜਾਬ ਟੀਵੀ ਦੀ ਜ਼ੀਨਤ ਔਰ ਇਨਸ਼ਾਅੱਲਾ ਮੇਰੇ ਦੋਸਤ ਕਹਿੰਦੇ ਨੇ ਕਿ ਨਦੀਮ ਭਾਈ ਚੈਨਲ ਜਿਹੜਾ ਨਹੀਂ ਮਿਲਦਾ ਬਾਅਦ ਵਕਤ ਸਰਚ 'ਚ ਨਹੀਂ ਆਉਂਦਾ ਆਪਣਾ ਦੇਸ਼ ਪੰਜਾਬ ਨਦੀਮ ਖਰੜ ਕਿਸੇ ਵੀ ਤੁਸੀਂ ਚੀਜ਼ 'ਤੇ ਲਿਖੋਗੇ ਇਹ ਜਨਾਬ ਸਨੈਕ 'ਤੇ ਇਹ ਜਨਾਬ ਵਿਡਮੇਡ 'ਤੇ ਇਹ ਜਨਾਬ ਤੁਸੀਂ ਫੇਸਬੁੱਕ ਪੇਜ ਅੱਲਾ ਦਾ ਫਜ਼ਲ ਹੈ ਇਹਨਾਂ ਨੂੰ ਫਾਲੋ ਔਰ ਸਬਸਕ੍ਰਾਈਬ ਜ਼ਰੂਰ ਕਰਨਾ ਮੈਂ ਨੰਬਰ 2 ਸ਼ਾਹ ਕਾਲੀਆਂ ਅੱਖਾਂ ਕਤਰੀ ਕਤਰੀ ਮੈਨੂੰ ਸਿਰ ਕੂੰਜਾਂ ਵਰਗੀਆਂ ਧੌਣਾਂ ਛੋਟੀ ਛੋਟੀਆਂ ਬੂਥੀਆਂ ਅਗਲੇ ਸੁਥਰੇ ਪੈਰ ਦੂਜਣ ਝੋਟੀ ਔਰ ਮਾਸ਼ਾਅੱਲਾ ਮੇਲੇ ਲਾਈ ਫਿਰਦੀ ਆਪਣਾ ਦੇਸ਼ ਪੰਜਾਬ ਟੀਵੀ ਦੀ ਵੀ ਜ਼ੀਨਤ ਬਣੀ ਹੈ ਇਹਨੂੰ ਸਰਾਬ ਇਹ ਜਨਾਬ ਜਿਹੜਾ ਪਿਛਲਾ ਹਿੱਸਾ ਹੈ ਇਹ ਚਿੱਤਰੀ ਵਾਲਾ ਹੈ ਇਹ ਕੁਦਰਤੀ ਮਾਮਲਾ ਹੈ ਇਹ ਕੁਦਰਤ ਦਾ ਕੰਮ ਹੈ ਇਹਨੂੰ ਹੋਰ ਕਿਸੇ ਕਿਸਮ ਦੀ ਕੋਈ ਜ਼ਹਿਰਬਾਦ ਦੋਸਤ ਕਹਿਣ ਕਮੈਂਟ ਵਿੱਚ ਕਿ ਯਾਰ ਇਹਦਾ ਜ਼ਹਿਰਬਾਦ ਹੋਈਏ ਇਹ ਕੋਈ ਜ਼ਹਿਰਬਾਦ ਨਹੀਂ ਇਹ ਜੈਨੂਇਨ ਹੀ ਐਵੇਂ ਇਹ ਜਵਾਂਦਰੂਈ ਝੋਟੀ ਐਵੇਂ ਇਹ ਦੂਜਣ ਝੋਟੀ ਇੱਥੋਂ ਹੀ ਬਾਹਰ ਦੀ ਖੁੱਡਾ ਮੈਂ ਇਹਨੂੰ ਨਸਲ ਜ਼ਾਤ ਮੈਂ ਇਹਨੂੰ ਆਪ ਚੈੱਕ ਕਰਨੀ ਹੈ ਮੈਂ ਇਹਨੂੰ ਖੁੱਡਾ ਕਿੱਡਾ ਹੈ ਮੈਂ ਇਹਨੂੰ ਹੱਡੀਆਂ ਕਿੰਨੀਆਂ ਨੇ ਔਰ ਮੈਂ ਇਹ ਵੀ ਅੱਲਾ ਦੇ ਫਜ਼ਲ ਨਾਲ ਕੱਚ ਦੀ ਬਣੀ ਔਰ ਮੇਲੇ ਲਾਈ ਫਿਰਦੀ ਸੋਹਣਾ ਥਣ ਰੁਗ ਰੁਗ ਦਾ ਔਰ ਰੇਸ਼ਮ ਦੀਆਂ ਪੁੜੀਆਂ ਅੱਲਾ ਦੇ ਫਜ਼ਲ ਨਾਲ ਔਰ ਰੇਸ਼ਮ ਦੀਆਂ ਜਨਾਬ ਇਹ ਧਾਗੇ ਵਰਗੀਆਂ ਪੂਛੜਾਂ ਔਰ ਥੱਬਿਆਂ ਦੇ ਹਵਾਨੇ ਇਹ ਚਿੱਤਰੀ ਵਾਲਾ ਹਵਾਨਾ ਹੈ ਇਹ ਗੱਭਣ ਝੋਟੀ ਹੈ ਇਹ ਰੱਬ ਵੱਲੋਂ ਨਿਜ਼ਾਮ ਹੈ ਰੱਬ ਨੇ ਇਹਨੂੰ ਇਹ ਹੁਸਨ ਦਿੱਤਾ ਹੈ ਹੱਡੀ ਝੋਟੀ ਨੂੰ ਇੱਕ ਖੁੱਡਾ 1.5 ਫੁੱਟ ਦਾ ਡਿੱਠ ਪੂਰੀ ਨਹੀਂ ਆਉਂਦੀ ਬਰੀਕ ਇੰਨੀ ਰਹਿ ਰੱਬ ਦਾ ਨਾਂ ਬਾਕੀ ਮਾਸ਼ਾਅੱਲਾ ਸਾਰ ਦਾ ਡੋਡਾ ਚੱਕੀ ਫਿਰਦੀ ਜਨਾਬ ਇਹ ਝੋਟੀ ਦੂਜਣ ਹੈ ਔਰ ਕਤਰੀ ਕਤਰੀ ਮੈਂ ਉਹਨੂੰ ਸਿਰ ਸ਼ਾਹ ਕਾਲੀਆਂ ਅੱਖਾਂ ਮੈਂ ਪੂਰੀ ਨੀਲੀ ਦੀ
खास नीली दी कोई धुनी का निशान नहीं, कोई कुछ नहीं। बुच्छ जड़े ने वो जनाब तुहाडे सामने ने, हर चीज़ अजा है, इत्थे ने मोड़ लिया सारी हयाती चोटी ने इत्थे ही सिर रखना है, क्योंकि खास नीली दी पहचान ये है। असी करांगे मालक नाल गल्लां सीधियां ते पधरियां सांझियां ते प्यार मुहब्बत वालियां पंजाबियां वालियां गल्लां ते भरावां नाल। पंजाबी जड़े ने हमेशा ही माण हुंदे ने ते इंशाल्लाह इन्हां दे माण हमेशा रहना है। इंशाल्लाह सारे वीर ने पाकिस्तान दे जिहड़े जिहड़े इलाकें नूं नुमाइंदगी करदे ने, लेकिन पंजाबी दा हुसन अपना है और इंशाल्लाह ते पंजाबी दे नाल ही ठाट बनदी है जिथे भी जांदे ने, समां बन दिंदे ने। अस्सलाम वालेकुम जी। वालेकुम सलाम जी। चाचा जी की हाल? अल्लाह दा शुक्र है, ठीक ठाक हो? ठीक ठाक। चाचा जी मैं नंबर 1 विखाई है जी, काली मैं जी। किनवा सोवा सोई है? मगर दूसरा सोवा जी। दूसरा सोवा जी। ए हर मैं दूसरे सो उत्ते क्यों नहीं जांदी? ਕਿਉਂ ਜਿਹੜੀ ਹੈ ਦੂਸਰਾ ਜਿਹੜੀ ਤੀਸਰੇ ਤੀਸਰੇ ਦੱਸਣਾ ਹੈ, ਜਿਹੜੀ ਪਹਿਲਾਂ ਦੱਸਣਾ ਹੈ ਪਹਿਲਾਂ ਦੱਸ ਦਿਓ। ਤੇ ਦੂਸਰਾ ਸੂਆ ਜੈਨਮਨ ਮਾਸ ਜੈਨਮਨ ਸੂਈ ਹਾਂਜੀ। ਪਿੱਛੇ ਕੱਟਾ ਹੈ? ਪਿੱਛੇ ਕੱਟਾ ਜੀ। ਕਿੰਨੇ ਦਿਨ ਦੀ ਸੂਈ? 6-7 ਦੇ ਹੋਗਾ ਜੀ। 6-7 ਦੇ ਹੋਗੇ। ਕਿੰਨਾ ਇਸ ਟਾਈਮ ਮੇਰਾ ਬੋਲਾ ਚਵਾ ਦੇਣਾ? ਜਿਹੜਾ ਝੂਠ ਹੈ ਨਾ ਉਹ ਬੰਦੇ 15 ਲੀਟਰ ਹੀ ਦੱਸਦੇ ਹਨ, 16 ਹੀ ਦੱਸਦੇ ਹਨ। ਦੋ ਦੱਸੀਏ ਜਿਹੜਾ ਇੱਥੇ ਬੰਦਾ ਆਵੇ ਚੋਵੇ ਮਰ ਦੋ ਦੁੱਨਾ ਹੋਵੇ ਉਹਨਾਂ ਹੋਵੇ। ਇਸ ਟਾਈਮ ਇੱਕ ਥਾਂ ਬੱਚੇ ਨੂੰ ਛੱਡ ਤੇ 11 ਕਿਲੋ ਠੰਡਾ ਦੁੱਧ ਅਗਲਾ। ਹਾਂਜੀ ਅਗਲਾ ਥਾਂ ਹਾਂਜੀ ਜਿਹੜਾ ਮਰਜ਼ੀ ਹੋਵੇ ਪਾਣੀ ਵਾਲਾ ਮਾਣੀ ਵਾਲਾ ਛੱਡ ਦਿਓ ਤੁਹਾਡੀ ਮਰਜ਼ੀ ਦੀ। ਅਗਲਾ ਥਾਂ 11 ਕਿਲੋ ਦੋ ਟਾਈਮ ਦੋ ਟਾਈਮ ਮਾਣੀ ਵਾਲਾ ਟਾਈਮ ਠੰਡਾ ਦੁੱਧ ਇਹ ਬੱਚੇ ਨੂੰ ਛੱਡ ਕੇ ਬੱਚੇ ਨੂੰ ਛੱਡ ਕੇ ਗੱਲ ਹੋ ਗਈ ਇੱਕ ਥਾਂ ਹਾਂਜੀ। ਅੱਛਾ ਸੁਆ ਦੂਸਰਾ ਦੂਸਰਾ ਸੁਆ 11 ਕਿਲੋ ਇਸ ਟਾਈਮ ਠੰਡਾ ਦੁੱਧ ਵੇਖਣਾ ਬੰਦੇ ਨੂੰ ਗੱਲ ਉਹ ਕਰੀਏ ਜਿਹੜੀ ਹੋਵੇ ਜਿਹੜਾ ਬੰਦਾ ਇੱਥੇ ਆਵੇ ਦੁੱਧ ਚੋਵੇ ਪਾਈ ਆਵੇ ਤੇ ਘਟੇ ਨੇ ਘਟੇ ਨੇ ਆਪਾਂ 20 ਲੀਟਰ ਦਸੀਏ 15-16 ਦਸੀਏ ਝੂਠ ਹੁੰਦਾ ਹੈ। ਦੁੱਧ ਕਿੰਨੀ ਕਹਿੰਦੇ ਤੋਂ ਕਰਦੇ ਹੋ ਇਹਦੇ ਤੋਂ ਤਵੱਕੋ ਕਿੰਨਾ? 15 ਲੀਟਰ ਦੁੱਧ ਆਪਣੀ ਮਾਂ ਕਰਸੀ ਇਨਸ਼ਾਅੱਲਾ। ਬਿਲਕੁਲ ਮੈਲੇ ਤੋਂ ਨਿਕਲ ਗਏ, ਮੈਲੇ ਤੋਂ ਨਿਕਲ। ਅੱਲਾ ਦੇ ਫਜ਼ਲ ਨਾਲ ਜੀ। ਕੀ ਮੁਹੱਬਤ ਪਿਆਰ ਵਾਲਾ ਮੁੱਲ? 3,15,000। ਇਹਦੇ ਵਿੱਚੋਂ ਕੋਈ ਲਾਡ ਪਿਆਰ ਉਹ ਕਰ ਲੈ, ਚਾਹਤ ਹੋਵੇ ਅੱਗੇ ਕਰ ਲੈ, ਪਿਆਰ ਕਰਨਾ ਬਿਲਕੁਲ, ਮੁਹੱਬਤ ਕਰੇਂਗੇ ਬਿਲਕੁਲ, ਲਵ ਯੂ ਹੋਵੇਗਾ ਬਿਲਕੁਲ। ਅੱਛਾ ਜੀ ਮੈਂ ਨੰਬਰ 2 ਜਿਹਦੇ ਇਹ ਚਿਤਰੀ ਹੈ ਜੀ, ਇਹ ਪੰਜਾਬੀ ਚਿਤਰੀ ਕਹਿੰਦੇ ਨਾ ਆਪਾਂ, ਜਿਵੇਂ ਚਿਤਰੀ ਵਾਲਾ ਕੇਲਾ ਹੁੰਦਾ ਇਹ ਇਵੇਂ ਹੀ ਹੈ, ਜਿਵੇਂ ਚਿਤਰੀ ਵਾਲਾ ਕੇਲਾ ਹੁੰਦਾ ਲੋਕ ਬੜਾ ਮਸ਼ਹੂਰ ਮਿੱਠਾ ਵਾਲਾ ਹੁੰਦਾ, ਮੈਂ ਆਪਣੀ ਉਸ ਨਾਲ ਵੀ ਵੱਧ ਹੈ। ਅੱਛਾ ਹਾਂਜੀ ਇਹ ਜੋ ਬਣਾਇਆ ਰੱਬ ਬਣਾਇਆ, ਇਹ ਦੂਜੇ ਨੇ ਦੂਆ ਸੁਆਉਣ ਸੋਵਣੀ ਹੈ, ਕਿੰਨੇ ਦਿਨ ਲੈਂਦੇ? 8-7 ਲੈ ਜਾ। ਸਣਾ ਦੀ ਗਰੰਟੀ? ਸਣਾ ਦੀ ਗਰੰਟੀ। ਸਣ ਘਟ ਗਿਆ ਫਿਰ ਉਹ ਆਪਣੇ ਜ਼ਿੰਮੇਦਾਰ ਹੋ ਬਿਲਕੁਲ, ਹਰ ਚੀਜ਼ ਦੀ ਹਰ ਗੱਲ ਛੱਟਾ ਫੁਆਰਾ ਵਾਲਾ ਘਾਟਾ, ਹਾਂ ਉਹ ਵੀ ਗਰੰਟੀ ਆਪਣੇ, ਛੱਟਾ ਫੁਆਰਾ ਹੋਵੇ ਵਾਧਾ ਘਾਟਾ ਆਪਣੇ, ਉਹ ਵੀ ਗਰੰਟੀ ਬਿਲਕੁਲ ਗਰੰਟੀ। ਇਹ ਦੂਜੇ ਨੇ? ਜੇ ਦੂਜੇ ਨੇ। ਅੱਛਾ ਕੀ ਮੁਹੱਬਤ ਪਿਆਰ ਵਾਲਾ ਮੁਲਕ? 2,85,000। 2,85,000 ਹਾਂਜੀ। ਵਿੱਚੋਂ ਕੋ ਲਾਡ ਕੋ ਲਾਡ ਪਿਆਰ ਹੋ ਜਾ ਹੋਵੇਗਾ ਬਿਲਕੁਲ, ਮੁਹੱਬਤ ਕਰ ਸੋ ਅੱਗੇ ਤੇ ਰਮੂਨ ਕਰਨਾ ਕਿ ਮੁਹੱਬਤ ਕਰ ਦਿਓ ਬਿਲਕੁਲ। 2,85,000 ਰੁਪਇਆ, 3,15,000 ਰੁਪਇਆ ਇਹ ਜੋੜੇ ਦਾ ਮੁੱਲ ਵੀ ਸਾਂਝਾ ਕਰ ਲਿਆ ਜੇ। ਅਗਰ ਕੋਈ ਸੱਜਣ ਜੋੜਾ ਲੈਣਾ ਚਾਹੇ ਔਰ ਸਾਡੀ ਵੀਡੀਓ ਨੂੰ ਵੇਖ ਕੇ ਅੱਜ ਵੀ ਤੁਹਾਨੂੰ ਅਗਰ ਮਜ਼ਾ ਨਾ ਆਇਆ ਹੋਵੇ, ਰੇਟ ਕਿਵੇਂ ਦੇ ਨੇ, ਜਾਨਵਰ ਕਿਵੇਂ ਦੇ ਨੇ, ਮਾਰਕੀਟ ਕਿਵੇਂ ਚੱਲ ਰਹੀ ਹੈ, ਸਾਰਾ ਕੁਛ ਤੁਹਾਨੂੰ ਪਤਾ ਹੈ। ਬਾਕੀ ਲੈਣੇ ਦੇਣੇ ਮੁਕੱਦਰ ਹੁੰਦੇ ਨੇ। ਮੇਰੀ ਕੋਸ਼ਿਸ਼ ਨੀਲੀ ਦੀ, ਵੀਡੀਓ ਨੂੰ ਲਾਈਕ ਨਹੀਂ ਕਰਦੇ ਹੋ ਦੁੱਖ ਹੁੰਦਾ, ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਹੋ ਦੁੱਖ ਹੁੰਦਾ, ਵਟਸਐਪ ਗਰੁੱਪਾਂ 'ਚ, ਫੇਸਬੁੱਕ 'ਤੇ, ਟਵਿੱਟਰ 'ਤੇ, ਜਿੱਥੇ ਜਿੱਥੇ ਸੈਂਡ ਕਰ ਸਕਦੇ ਹੋ, ਇਮੋ 'ਤੇ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ। ਇੱਕ ਸ਼ੇਅਰ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ। ਬਾਕੀ ਭਰਾ ਵਾਸਤੇ ਮੁਹੱਬਤ ਤਕਾਜ਼ਾ ਇਹੀ ਹੈ, ਪਾਕਿਸਤਾਨ ਜ਼ਿੰਦਾਬਾਦ, ਪਾਕ ਆਰਮੀ ਜ਼ਿੰਦਾਬਾਦ ਹਮੇਸ਼ਾ।